ਮਿਸ਼ਨ ਤੰਦਰੁਸਤ ਪੰਜਾਬ ਅਤੇ ਸਵੱਛ ਭਾਰਤ ਅਧੀਨ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਦੀ ਮੀਟਿੰਗ ਇੰਪਰੂਵਮੈਂਟ ਟਰੱਸਟ ਦਫ਼ਤਰ ਵਿਖੇ ADC ਬਬਤਾ ਕਲੇਰ ਦੀ ਪ੍ਰਧਾਨਗੀ ਕੀਤੀ ਗਈ, ਜਿਸ ਵਿੱਚ ਹੁਸ਼ਿਆਰਪੁਰ ਰੋਡ ਤੋਂ ਫਲਾਈਓਵਰ ਤੋਂ PSPCL ਦਫ਼ਤਰ ਤੱਕ ਸੜਕ 'ਤੇ ਵਾਤਾਵਰਨ ਨੂੰ ਸਹੀ ਕਰਾਉਣਾ, ਨਜਾਇਜ਼ ਕਬਜ਼ਿਆਂ ਨੂੰ ਹਟਾਉਣਾ ਅਤੇ ਸੜਕ ਦੀ ਮੁਰੰਮਤ ਦੇ ਕੰਮ ਸੰਬੰਧੀ ਅਤੇ ਸਰਕਾਰੀ ਦਫ਼ਤਰਾਂ ਨੂੰ ਮਾਡਲ ਦਫ਼ਤਰ ਬਣਾਉਣ ਦੇ ਉਪਰਾਲੇ ਅਧੀਨ ਆਮ ਰੇਹੜੀ ਵਾਲੇ, ਮਾਰਕੀਟ ਵਾਲੇ, ਟੈਂਪੂ ਟਰੈਵਲ ਵਾਲੇ ਅਤੇ ਸਕੂਲ ਕਾਲਜਾਂ ਦੇ ਵਿਦਿਆਰਥੀਆਂ ਨਾਲ ਇਹ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ, ਮਲਕੀਤ ਸਿੰਘ ਰਵੋਤਰਾ, ਅਸ਼ੋਕ ਸ਼ਰਮਾ ਆਦਿ ਹਾਜ਼ਰ ਸਨ। ਜ਼ਿਲ੍ਹਾ ਪੰਚਾਇਤ ਸਮਿਤੀ ਚੋਣਾਂ ਲਈ ਦੂਜੇ ਦਿਨ ਰਿਹਰਸਲ ਰਾਮਗੜੀਆ ਪੋਲੀਟੈਕਨਿਕ ਕਾਲਜ ਦੇ ਹਾਲ ਵਿੱਚ SDM ਫਗਵਾੜਾ ਡਾਕਟਰ ਸੁਮਿਤ ਮੋਦੀ ਦੇਖ ਰੇਖ ਕਰਵਾਈ ਗਈ, ਜਿਸ ਵਿੱਚ ਪ੍ਰਿਜ਼ਾਈਡਿੰਗ ਅਫਸਰ, ਅਸਿਸਟੈਂਟ ਪ੍ਰਿਜ਼ਾਈਡਿੰਗ ਅਫਸਰ, ਪੋਲਿੰਗ ਅਫਸਰ ਨੂੰ ਐਕਸਪਰਟਸ ਵੱਲੋਂ ਪਰਚੀ ਸਿਸਟਮ ਰਾਹੀਂ ਵੋਟਾਂ ਪਾਉਣ ਸੰਬੰਧੀ ਜਾਣਕਾਰੀ ਦਿੱਤੀ ਗਈ। ਵਿਸ਼ੇਸ਼ ਤੌਰ 'ਤੇ ਬੈਲਟ ਬਾਕਸ ਨੂੰ ਕਿਵੇਂ ਖੋਲ੍ਹਣਾ ਹੈ, ਸੀਲ ਕਰਨ ਦੀ ਟ੍ਰੇਨਿੰਗ ਦਿੱਤੀ ਗਈ। ਪਰ ਅੱਜ ਜੋ ਕਿ ਇੱਕ ਗੱਲ ਟੂਨ ਚੈਨਲ ਨੂੰ ਵੇਖਣ ਨੂੰ ਮਿਲੀ, ਉਹ ਇਹ ਕਿ ਪਹਿਲੀ ਮੀਟਿੰਗ ਅਟੈਂਡ ਕਰਨ ਵਾਲੇ ਮੁਲਾਜ਼ਮਾਂ ਦੀ ਨਹੀਂ ਸਨ, ਸਗੋਂ ਸਰਕਾਰ ਦੀ ਨੀਤੀ ਮੁਤਾਬਕ ਮੁਲਾਜ਼ਮਾਂ ਦੀਆਂ ਤਹਿਸੀਲਾਂ ਬਦਲ ਕੇ ਨਡਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ, ਪੁਲੱਥ ਦੇ ਮੁਲਾਜ਼ਮਾਂ ਨੂੰ ਫਗਵਾੜਾ ਅਤੇ ਫਗਵਾੜਾ ਦੇ ਮੁਲਾਜ਼ਮਾਂ ਨੂੰ ਨਡਾਲਾ, ਕਪੂਰਥਲਾ, ਸੁਲਤਾਨ ਲੋਧੀ ਅਤੇ ਪੁਲੱਥ ਆਦਿ ਰਿਹਾਸਲਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ। ਮੁਲਾਜ਼ਮ ਫਗਵਾੜਾ ਦੇ ਪ੍ਰਬੰਧਾਂ ਤੋਂ ਖੁਸ਼ ਸਨ, ਪਰ ਵਿਸ਼ੇਸ਼ ਤੌਰ 'ਤੇ ਇਸਤਰੀ ਮੁਲਾਜ਼ਮਾਂ ਵੱਲੋਂ ਤਹਿਸੀਲ ਬਲਾਕ ਦੇ ਦੂਰ ਦੁਰਾਡੇ ਡਿਊਟੀ ਲਗਾਉਣ ਲਈ ਰੋਸ ਵੀ ਨਜ਼ਰ ਆਇਆ। ਸਰਕਾਰ ਨੂੰ ਚਾਹੀਦਾ ਹੈ ਕਿ ਔਰਤ ਮੁਲਾਜ਼ਮਾਂ ਨੂੰ ਉਹਨਾਂ ਤਹਿਸੀਲਾਂ ਵਿੱਚ ਹੀ ਨਿਯੁਕਤ ਕੀਤਾ ਜਾਵੇ। ਇਸ ਤਰ੍ਹਾਂ ਇਹ ਜਿਹੜਾ ਹੈਗਾ ਕਾਸਟਿੰਗ ਹੋ ਜਾਏਗੀ, ਪਰ ਉਸ ਤੋਂ ਬਾਅਦ ਇਹ ਜੋ ਪੱਤੀ ਹੈ ਸਾਡੇ, ਇਹ ਪੱਤੀ ਜੋ ਇਹ ਸਲੋਟ ਹੈ, ਇਹ ਇਸ ਦੇ ਨਾਲ ਆਪਾਂ ਜੋ ਟੈਗ ਕੀਤਾ ਹੈ ਉਹ ਇਹਦੇ ਨਾਲ ਬੰਨ ਕੇ ਇਹਨੂੰ ਅਸੀਂ ਕੱਚੀ ਸੀਲ ਕਹਿੰਦੇ ਹਾਂ, ਕੱਚੀ ਸੀਲ ਦੇ ਤੌਰ 'ਤੇ ਇਹਨੂੰ ਅਸੀਂ ਆਪਾਂ ਇੱਥੇ ਕਰ ਲਵਾਂਗੇ। ਔਰ ਜਿਹੜਾ ਤੁਹਾਡਾ ਸਲੋਟ ਹੈਗਾ ਇਹ ਵੀ ਤੁਹਾਡਾ ਕਲੋਜ਼ ਹੋ ਗਿਆ, ਬੰਦ ਹੋ ਗਿਆ, ਸੇਫ ਹੋ ਗਿਆ। ਔਰ ਇਹ ਜਿਹੜਾ ਬਾਕਸ ਹੈ ਤੁਹਾਡਾ, ਇਹ ਕਾਸਟਿੰਗ ਵਾਸਤੇ ਬਿਲਕੁਲ ਰੈਡੀ ਆ, ਔਰ ਕਾਸਟਿੰਗ ਜਿਹੜੀ ਆ ਫਿਰ ਤੁਹਾਡੀ ਉਹ ਮਿਤੀ ਦੀ ਇਲੈਕਸ਼ਨਸ ਵਾਸਤੇ ਜਿਹੜੀ ਸੈਕੰਡ ਰਿਹਰਸਲ ਹੈ ਉਸੇ ਕੰਡਕਟ ਕੀਤੀ ਹੈ। ਪੋਲਿੰਗ ਪਾਰਟੀਜ਼ ਜਿਹੜੀਆਂ ਨੇ ਉਹ ਬਣ ਚੁੱਕੀਆਂ ਨੇ, ਉਹਨਾਂ ਨੂੰ ਟ੍ਰੇਨਿੰਗ ਦੇ ਦਿੱਤੀ ਗਈ ਹੈ। ਹੁਣ ਅਸੀਂ PROs APROs ਨੂੰ ਦੁਬਾਰਾ ਹੈਂਡਸ ਔਨ ਟ੍ਰੇਨਿੰਗ ਦੇ ਰਹੇ ਹਾਂ, ਅਤੇ ਇੱਕ ਲਾਸਟ ਟ੍ਰੇਨਿੰਗ ਜਿਹੜੀ ਹੈ ਉਹ 18th ਨੂੰ ਹੋਏਗੀ, ਜਿਸ ਦਿਨ ਅਸੀਂ ਆਪਣੀ ਪੋਲਿੰਗ ਪਾਰਟੀਜ਼ ਹੈ ਉਹ ਡਿਸਪੈਚ ਕਰਾਂ। ਥੈਂਕ ਯੂ ਸਰ। ਕਪੂਰਥਲਾ, ਕਪੂਰਥਲਾ ਤੋਂ, ਅਤੇ ਹੁਣ ਡਿਊਟੀ ਬਦਲ ਕੇ ਪਹਿਲੀ ਡਿਊਟੀ ਤੁਹਾਡੀ ਲੱਗੀ ਸੀ? ਪਹਿਲਾਂ ਇੱਕ ਵਾਰ ਦੇ ਚੁੱਕੀ, ਇੱਕ ਰਿਹਰਸਲ ਪਹਿਲਾਂ ਹੋ ਚੁੱਕੀ ਆ। ਉਹ ਕਿੱਥੇ ਸੀ? ਕਪੂਰਥਲਾ। ਇਹ ਹੁਣ ਸੈਕਿੰਡ ਰਿਹਰਸਲ ਫਗਵਾੜੇ ਕਰਤੀ ਗਈ ਆ, ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋ ਰਹੀ? ਥੋੜ੍ਹੇ ਸੁਣਨ 'ਚ ਪ੍ਰੋਬਲਮ ਆ ਰਹੀ ਸੀਗੀ ਕਿਉਂਕਿ ਪਿੱਛੇ ਬੈਠੇ ਸੀਗੇ, ਹੁਣ ਅੱਗੇ ਬੁਲਾਇਆ ਇਹਨਾਂ ਨੇ, ਤਾਂ ਵੈਸੇ ਅਦਰਵਾਈਜ਼ ਹੁਣ ਪ੍ਰੈਕਟੀਕਲ ਟ੍ਰੇਨਿੰਗ ਦੇਣਗੇ ਤਾਂ ਫਿਰ ਅਸੀਂ। ਵੈਸੇ ਪ੍ਰਬੰਧ ਠੀਕ ਹੈ ਸਰ? ਕੋਈ ਪ੍ਰੋਬਲਮ ਤਾਂ ਨਹੀਂ? ਨਹੀਂ ਨਹੀਂ, ਇਹ ਦੂਰੋਂ ਆਉਣ ਵਾਲੀ ਜਿਹੜੀ ਗੱਲ ਹੈ, ਕੋਈ ਸਮੱਸਿਆ ਉਹਦੀ? ਚਲੋ ਕੋਈ ਨਹੀਂ, ਨੌਕਰੀ ਪਿੱਛੇ ਕਰਨਾ ਹੀ ਪੈਂਦਾ ਜੀ, ਇਟਸ ਪਾਰਟ ਆਫ ਡਿਊਟੀ। ਥੈਂਕ ਯੂ ਸਰ। ਅਧਿਆਪਕ ਵਰਗ ਤਾਂ ਬਿਲਕੁਲ ਬੰਨਿਆ ਹੋਇਆ ਜੀ, ਉਹ ਆਪਣੀ ਡਿਊਟੀ ਕਰੇਗਾ ਇਮਾਨਦਾਰੀ ਨਾਲ, ਤਨਦੇਹੀ ਨਾਲ ਕਰੇਗਾ। ਪਰ ਇਸ ਤਰ੍ਹਾਂ ਨਾਲ ਚੱਲ ਰਿਹਾ ਕਿ ਸਰਕਾਰਾਂ ਨੂੰ, ਪ੍ਰਸ਼ਾਸਨ ਨੂੰ ਇਹਨਾਂ ਅਧਿਆਪਕਾਂ 'ਤੇ ਵਿਸ਼ਵਾਸ ਨਹੀਂ ਕਰ ਰਹੇ, ਕਿਉਂਕਿ ਡਿਊਟੀ ਦੇ ਰਹੇ ਆ, ਡਿਊਟੀ ਉਹ ਫਗਵਾੜੀ ਵੀ ਹੋ ਸਕਦੀ, ਡਿਊਟੀ ਨਡਾਲੀ ਵੀ ਹੋ ਸਕਦੀ ਆ। ਇਹ ਜਿਹੜੀਆਂ ਸਾਡੀਆਂ ਭੈਣਾਂ, ਸਾਡੀਆਂ ਲੇਡੀਜ਼ ਜਿਹੜੀਆਂ ਉੱਥੋਂ ਆਈਆਂ ਨਡਾਲੇ ਤੋਂ, ਕੋਈ ਬੇਗੋਵਾਲ ਤੋਂ, ਕੋਈ ਮੁਸਲਾ ਤੋਂ, ਇਹਨੇ ਡਿਊਟੀ ਲਗਾਈ ਗਈ, ਬੜੀ ਪਰੇਸ਼ਾਨੀ ਆ। ਔਰ ਪ੍ਰਸ਼ਾਸਨ ਨੂੰ, ਸਰਕਾਰ ਨੂੰ ਇਹ ਚਾਹੀਦਾ ਕਿ ਇਸ ਪ੍ਰਸ਼ਾਸਨ ਨੂੰ ਧਿਆਨ ਨੂੰ ਰੱਖਦੇ ਹੋਏ, ਪਰੇਸ਼ਾਨੀ ਨੂੰ ਧਿਆਨ ਰੱਖਦੇ ਹੋਏ, ਇਸ ਤਰ੍ਹਾਂ ਜਿਹੜੀ ਹੈ ਉਹ ਡਿਊਟੀਆਂ ਇੱਧਰ ਉੱਧਰ ਨਾ ਲਾਈ ਜਾਣ। ਲੇਡੀਜ਼ ਡਿਊਟੀ ਉਹਨਾਂ ਦੇ 5 ਕਿਲੋਮੀਟਰ ਰੇਡੀਅਸ ਲਗਾਉਣੀ ਚਾਹੀਦੀ। ਦੋ ਚੈਨਲ ਤੋਂ ਆਪਣੇ ਕੈਮਰਾਮੈਨ ਸੁਸ਼ੀਲ ਸ਼ਰਮਾ।
ਜਿੱਥੇ ਇੱਕ ਪਾਸੇ ਸਾਡੇ ਵਿੱਦਿਆ ਮੰਤਰੀ ਅਤੇ ਸਿੱਖਿਆ ਸਕੱਤਰ ਸਰਕਾਰੀ ਸਕੂਲਾਂ ਵਿੱਚ ਵਧੀਆ ਪੜ੍ਹਾਈ ਦੇ ਦਾਅਵੇ ਕਰਦੇ ਹੋਏ ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਨੂੰ ਜ਼ਿੰਮੇਵਾਰੀ ਦਿੰਦੇ ਹਨ, ਉੱਥੇ ਹੀ ਸਰਕਾਰ ਦੀਆਂ ਆਪਣੀਆਂ ਨੀਤੀਆਂ ਨਾਪੱਖੀ ਹਨ। ਜ਼ਿਲ੍ਹਾ ਪਰਿਸ਼ਦ ਪੰਚਾਇਤ ਸਮਿਤੀ ਦੀਆਂ ਚੋਣਾਂ ਦੀ ਦੂਜੀ ਰਿਹਰਸਲ ਸੰਬੰਧ ਵਿੱਚ ਸਰਕਾਰੀ ਸਕੂਲ ਖਾਲੀ ਕਰ ਦਿੱਤੇ ਗਏ। ਟੋਨ ਚੈਨਲ ਦੀ ਟੀਮ ਨੇ ਜਦੋਂ ਸਕੂਲਾਂ ਦਾ ਦੌਰਾ ਕੀਤਾ ਤਾਂ ਬੜੇ ਹੀ ਹੈਰਾਨੀਜਨਕ ਅੰਕੜੇ ਸਾਹਮਣੇ ਆਏ। ਇੱਕ ਸਕੂਲ ਵਿੱਚ 45 ਸਟਾਫ ਮੈਂਬਰਾਂ ਵਿੱਚੋਂ 27 ਟੀਚਰ ਡਿਊਟੀ ਦੇ ਸਨ ਅਤੇ ਦੂਜੇ ਸਕੂਲ ਵਿੱਚ 47 ਅਧਿਆਪਕਾਂ 'ਚੋਂ 38 ਅਧਿਆਪਕ ਚੋਣ ਡਿਊਟੀ 'ਤੇ ਸਨ, ਜੋ ਕਿ ਸਿਰਫ 6 ਅਧਿਆਪਕ ਸਕੂਲ ਨੂੰ ਸੰਭਾਲ ਰਹੇ ਸਨ। ਇਸ ਤਰ੍ਹਾਂ ਸਿਰਫ ਅਧਿਆਪਕਾਂ ਨੂੰ ਡਿਊਟੀ ਦੇ ਕੇ ਸਰਕਾਰ ਸਿੱਖਿਆ ਵਿਭਾਗ ਬੱਚਿਆਂ ਦਾ ਭਵਿੱਖ ਸੰਵਾਰ ਰਹੀ ਹੈ ਜਾਂ ਫਿਰ ਘੋਰੀਆਂ ਗੱਲਾਂ ਹੀ ਕਰ ਰਹੀ ਹੈ। JCI ਇਲੀਟ ਵੱਲੋਂ ਮਨਾਏ ਜਾ ਰਹੇ JC ਵੀਕ 2018 ਦਿਨ 6ਵੇਂ ਦਿਨ ਔਰਤਾਂ ਲਈ ਹੋਟਲ ਇੰਪੀਰੀਅਲ ਪੂਨਾ ਵਿੱਚ ਕੁੱਕਰੀ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਹੋਟਲ ਦੇ ਸ਼ੈੱਫ ਬਲਵੀਰ ਦੀ ਦੇਖ ਰੇਖ ਅਧੀਨ ਔਰਤਾਂ ਨੂੰ ਸਵਾਦਿਸ਼ਟ ਅਤੇ ਦਿਲਕਸ਼ ਵਿਅੰਜਨਾਂ ਦੀ ਰੈਸਪੀ ਸੰਬੰਧੀ ਜਾਣਕਾਰੀ ਦਿੱਤੀ ਗਈ। ਔਰਤਾਂ ਵੱਲੋਂ ਆਪਣੇ ਹੱਥਾਂ ਨਾਲ ਸਵਾਦਲੀਆਂ ਡਿਸ਼ਿਜ਼ ਵੀ ਤਿਆਰ ਕੀਤੀਆਂ ਗਈਆਂ। ਸ਼ਿਵ ਸੈਨਾ ਬਾਲ ਠਾਕਰੇ ਫਗਵਾੜਾ ਵੱਲੋਂ ਗਣੇਸ਼ ਉਤਸਵ ਮਨਾਉਂਦਿਆਂ 13 ਸਤੰਬਰ ਨੂੰ ਸ਼੍ਰੀ ਗਣੇਸ਼ ਮੂਰਤੀ ਦੀ ਸਥਾਪਨਾ ਕੀਤੀ ਗਈ। 16 ਸਤੰਬਰ ਨੂੰ ਸ਼੍ਰੀ ਸੱਤਿਆਨਾਰਾਇਣ ਕਥਾ ਅਤੇ ਹਵਨ ਸਵੇਰੇ 10:15 ਵਜੇ, 19 ਸਤੰਬਰ ਨੂੰ 11 ਵਜੇ ਝੰਡਾ ਫਹਿਰਾਉਣ ਦੀ ਰਸਮ ਅਤੇ 11:30 ਵਜੇ ਵਿਸ਼ਾਲ ਭੰਡਾਰਾ ਹੋਵੇਗਾ। ਦੁਪਹਿਰ 1:15 ਵਜੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ ਅਤੇ 4 ਵਜੇ ਫਲੌਰ ਸਤਲੁਜ ਦਰਿਆ ਵਿੱਚ ਮੂਰਤੀ ਵਿਸਰਜਨ ਹੋਵੇਗਾ। ਸ਼ਿਵ ਸੈਨਾ ਫਗਵਾੜਾ ਵੱਲੋਂ ਸਮੂਹ ਭਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਨੀ ਪਿੰਡ ਦੇ ਪ੍ਰਿੰਸੀਪਲ ਹਰਮੇਸ਼ ਲਾਲ ਕੇੜਾ ਸਟੇਟ ਅਵਾਰਡੀ ਦੀ ਪ੍ਰਧਾਨਗੀ ਹੇਠ ਸਕੂਲ ਦੇ 4 ਅਧਿਆਪਕਾਂ ਨੂੰ ਉਹਨਾਂ ਦੀ ਸਿੱਖਿਆ ਪ੍ਰਤੀ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਦਾਰ ਮਹਿੰਦਰ ਸਿੰਘ ਕੁਨਰ, ਸਾਬਕਾ ਸਰਪੰਚ ਤਨੀ ਪਿੰਡ, ਨੇ 22,000 ਰੁਪਈਆ ਸਕੂਲ ਦੇ ਵਾਤਾਵਰਨ ਸਾਫ਼ ਰੱਖਣ ਲਈ ਦਿੱਤਾ। ਪਰਵਿੰਦਰ ਕੌਰ ਸਮਰਾ ਨੇ ਸਕੂਲ ਦੇ ਵਿਕਾਸ ਲਈ 21,000 ਰੁਪਈਏ ਦਾਨ ਕੀਤੇ। ਸਨਮਾਨਿਤ ਅਧਿਆਪਕਾਂ ਰਾਮਦਿਆਲ, ਅੰਸ਼ੂ ਸਬਰਵਾਲ, ਰੀਟਾ ਰਾਣੀ, ਮਨੂ ਰਾਣੀ ਨੂੰ ਹਾਜ਼ਰ ਮੈਂਬਰਾਂ ਵੱਲੋਂ ਵਧਾਈ ਦਿੱਤੀ ਗਈ। ਪੰਜਾਬ ਵੈਲਫੇਅਰ ਸਭਾ ਦੀ ਇੱਕ ਮੀਟਿੰਗ ਸ਼੍ਰੀ ਮਨੋਹਰ ਲਾਲ ਕੌੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੀਨੀਅਰ ਵਾਈਸ ਪ੍ਰੈਜੀਡੈਂਟ ਸਰਦਾਰ ਹਰਿੰਦਰ ਸਿੰਘ ਗਲੋਰੀ ਨੇ ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਨਕਲੀ ਖੋਆ ਅਤੇ ਪਨੀਰ ਦੂਜੇ ਰਾਜਾਂ 'ਚੋਂ ਧੜਲੇ ਨਾਲ ਆ ਰਿਹਾ ਹੈ, ਜੋ ਕਿ ਦੀਵਾਲੀ ਅਤੇ ਦੁਸਹਿਰੇ ਤਿਉਹਾਰ 'ਤੇ ਵਿਕੇਗਾ, ਜਿਸ 'ਤੇ ਰੋਕ ਲਗਾਈ ਜਾਵੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰੀ ਸਿੰਘ ਜਸਪਾਲ, ਗੁਰਮੀਤ ਸਿੰਘ ਆਹਲੂਵਾਲੀਆ ਵੀ ਸ਼ਾਮਲ ਸਨ। ਪੰਜਾਬ ਵੈਲਫੇਅਰ ਸਭਾ ਫਗਵਾੜਾ ਨੇ ਫੈਸਲਾ ਕੀਤਾ ਵਾ ਕਿ ਫਗਵਾੜੇ ਵਿੱਚ ਔਰ ਦੂਸਰੇ ਇਲਾਕਿਆਂ 'ਚ ਜਿਹੜਾ ਮਿਲਾਵਟੀ ਦੁੱਧ ਦਹੀਂ ਖਾਣ ਵਾਲੀਆਂ ਚੀਜ਼ਾਂ ਵਿਕ ਰਹੀਆਂ ਇਹ ਰੁਕੀਆਂ ਜਾਣ, ਕਿਉਂਕਿ ਇਹਦੇ ਨਾਲ ਸਿਹਤ ਵੀ ਖਰਾਬ ਹੁੰਦੀ ਹੋਈ ਆ ਬੱਚਿਆਂ ਦੀ ਔਰ ਮਿਲਾਵਟ ਨੂੰ ਦਿਨ ਬ ਦਿਨ ਵਧਾਵਾ ਹੋ ਰਿਹਾ ਵਾ। ਅਸੀਂ ਜ਼ਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸਾਹਿਬ, SDM ਫਗਵਾੜਾ, ਹੈਲਥ ਅਫਸਰ ਕੋਲ ਮੰਗ ਕਰਦੇ ਹਾਂ ਕਿ ਉਹ ਮਿਲਾਵਟੀ ਚੀਜ਼ਾਂ ਨੂੰ ਰੋਕਣ ਲਈ ਲੋਟਵੀਂ ਕਾਰਵਾਈ ਕਰਨ ਤਾਂ ਕਿ ਲੋਕਾਂ ਦੀ ਸਿਹਤ ਔਰ ਦੂਸਰੇ ਖਰਾਬ ਵੀ ਨਾ ਪੈਦਾ ਹੋਵੇ। ਇਸ ਤੋਂ ਇਲਾਵਾ ਅਸੀਂ ਇਹ ਵੀ ਇੱਕ ਫੈਸਲਾ ਕੀਤਾ ਵਾ ਕਿ ਸਿਵਲ ਹਸਪਤਾਲ ਜਿਹੜੇ ਸਰਕਾਰੀ ਹਸਪਤਾਲ ਆ ਬਹੁਤ ਅੱਛਾ ਕੰਮ ਕਰਦੇ ਆ, ਲੇਕਿਨ ਉੱਥੇ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲਦੀਆਂ, ਟਾਈਮ ਸਿਰ ਦਵਾਈਆਂ ਨਹੀਂ ਮਿਲਦੀਆਂ, ਪਰਚੀਆਂ ਲਿਖ ਕੇ ਭੇਜ ਦਿੰਦੇ ਆ, ਜਿਹਦੇ ਨਾਲ ਗਰੀਬ ਆਦਮੀ ਆਪਣੀ ਬਿਮਾਰੀ ਨੂੰ ਦੇਖਦਾ ਦੇਖਦਾ ਖਤਮ ਹੋ ਜਾਂਦਾ ਵਾ। ਅਸੀਂ ਪੰਜਾਬ ਦੇ ਸਿਹਤ ਮੰਤਰੀ ਕੋਲ ਮੰਗ ਕਰਦੇ ਹਾਂ ਕਿ ਉਹ ਪੰਜਾਬ ਭਰ ਦੇ ਸਿਵਲ ਹਸਪਤਾਲਾਂ ਨੂੰ ਹਦਾਇਤ ਕਰਨ ਕਿ ਮਰੀਜ਼ਾਂ ਦਾ ਪੂਰਾ ਧਿਆਨ ਰੱਖਣ ਔਰ ਦਵਾਈਆਂ ਜਿਹੜੀਆਂ ਫ੍ਰੀ ਮਿਲਦੀਆਂ ਫ੍ਰੀ ਦੇਣ। ਅੱਜ ਸ਼ਹਿਰ ਦੇ ਵਿੱਚ, ਪੰਜਾਬ ਦੇ ਵਿੱਚ ਮਿਲਾਵਟ ਦਾ ਇੰਨਾ ਜ਼ੋਰ ਆ,
दशहरा दिवाली आ रही है और जिहड़ा यूपी चो खोया आउंदा वा वह भी मिलावटी आउंदा वा होर भी जिहड़ियां चीज़ां इहदी चैकिंग नहीं करते। सेहत मंत्री साढ़े जिहड़े पंजाब दे हैगे आ ब्रह्म महिंद्रा जी, उन्हां को असी साडी रिक्वेस्ट आ कि वह इधर ध्यान देन, सारे पंजाब दे विच मिलावट दे विरुद्ध मुहिम चलाई जाए ताकि लोगों को अच्छी चीज़ें मिल सकन। इस तो अलावा अगर किसी लोग नू किसी भी बंदे नू शिकायत है सिविल हस्पताल के मतलब वो साडा रिव्यू कर साडे पंजाब के जनरल सैकटरी सा हरी सिंह जी जसपाल जी ये मतलब होर भी दसूंगे और उन्हों को आके शिकायत करो। साडा दफ्तर जी टी रोड से अलाइड सिनेमे नाल खुलिया हुआ वा और आके सानू जो भी शिकायत दोगे असी उहदा अपा करने की कोशिश करूँगे। सार हरी सिंह जी जसवाल हुण तुहाडे सामने अपनी राय पेश करूँगे। मैं हरी सिंह जसवाल जनरल सैकटरी पंजाब वैलफेयर सभा वालों बोल रहा हाँ कि असी एक संस्था बनाई है, सारे कोई गरीब बंदा जिसनों कोई तकलीफ है वह साढ़े दफ्तर आ के दस सकता है, असी कोशिश करांगे कि उसकी कोई तकलीफ जिहड़ी आ ਉਹ ਰਫਾ ਕੀਤੀ ਜਾਵੇ। ਸਾਡੀ ਇਹ ਜਿਹੜੀ ਜਥੇਬੰਦੀ ਆ ਅਸੀਂ ਬਣਾਈ ਜਥੇਬੰਦੀ, ਸਾਡੀ ਜਥੇਬੰਦੀ ਕੋਈ ਇਹ ਸਿਆਸੀ ਨਹੀਂ ਹੈ, ਪਰ ਫਿਰ ਵੀ ਅਸੀਂ ਜਿਹੜੇ ਕੋਈ ਸਿਆਸੀ ਲੋਕ ਨੇ ਜਾਂ ਸਿਆਸੀ ਕੋਈ ਪਾਰਟੀ ਹੈ ਅਤੇ ਕੋਈ ਚੰਗਾ ਕੰਮ ਕਰਦੀ ਆ ਅਸੀਂ ਉਹਨਾਂ ਨਾਲ ਤੁਰਨ ਨੂੰ ਤਿਆਰ ਹਾਂ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜੋ ਵੀ ਕੋਈ ਮਾਹੌਲ ਹੈ ਉਹ ਠੀਕ ਰਹੇ ਅਤੇ ਸਾਰੇ ਅਸੀਂ ਪੁਲਿਸ ਅਫਸਰਾਂ ਨੂੰ ਜਾਂ ਜਿਹੜੇ ਬੰਦੇ ਕੋਈ ਹੋਰ ਅਫਸਰ ਨੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸਾਰਾ ਠੀਕ ਠਾਕ ਰੱਖੋ। ਖਾਸ ਕਰਕੇ ਅੱਜ ਜਿਹੜੇ ਹੁਣ ਟਾਈਮ ਜਿਹੜਾ ਦਿਵਾਲੀ ਦਾ ਜਾਂ ਦੁਸਹਿਰੇ ਦਾ ਆ ਰਿਹਾ, ਇਹਦੇ ਵਿੱਚ ਕਾਫੀ ਲੋਕਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਔਰ ਆਉਣਗੀਆਂ, ਕਿਉਂਕਿ ਸਾਰੇ ਨਕਲੀ ਜਿਹੜੇ ਹੈਗਾ ਸਮਾਨ ਉਹ ਵਿਕੇਗਾ ਜਿਹਦੇ ਨਾਲ ਸਾਡੇ ਜਿਹੜੇ ਹੈਗੇ ਆ ਲੋਕਾਂ ਦੀ ਸਿਹਤ ਖਰਾਬ ਹੋਏਗੀ। ਅਤੇ ਬਾਕੀ ਹਸਪਤਾਲਾਂ ਦੇ ਵਿੱਚ ਜੋ ਸਾਡੇ ਕੌੜਾ ਸਾਹਿਬ ਨੇ ਦੱਸਿਆ ਕਿ ਬੜਾ ਇੰਨਾ ਅੱਛਾ ਵਧੀਆ ਹਾਲ ਨਹੀਂ ਹੈ, ਅਸੀਂ ਮਿਨਿਸਟਰ ਹੈਲਥ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜੋ ਵੀ ਸਾਰਾ ਹੀ ਸਾਡਾ ਸਿਸਟਮ ਹੈ ਉਹ ਠੀਕ ਚੰਗੀ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਕਰਨ ਤਾਂ ਕਿ ਸਾਰੀ ਜਿਹੜੀ ਹੈਲਥ ਆ ਉਹ ਸਾਰੀ ਠੀਕ ਹੋ ਸਕੇ। ਸਾਰਾ ਸਿਸਟਮ ਜਿਹੜਾ ਤਿੰਨ ਚੀਜ਼ਾਂ ਨਿਰਭਰ ਕਰਦਾ ਹੈ, ਇੱਕ ਸੜਕਾਂ 'ਚ ਅੱਛੀਆਂ ਹੋਣ, ਇੱਕ ਸਿਹਤ ਸਹੂਲਤਾਂ ਅੱਛੀਆਂ ਮਿਲੇ ਔਰ ਇੱਕ ਪੜ੍ਹਾਈ ਸਕੂਲਾਂ 'ਚ ਅੱਛੀ ਹੋਵੇ। ਇਹ ਅਸੀਂ ਚਾਹੁੰਦੇ ਹਾਂ ਵੀ ਸਾਰੀਆਂ ਸਿਹਤ ਸਹੂਲਤਾਂ ਜਿੰਨੀਆਂ ਜਾਣੀਆਂ ਇਹ ਸਾਰੀ ਤਿੰਨੇ ਚੀਜ਼ਾਂ ਜਿਹੜੀਆਂ ਆ ਇਹ ਸਰਕਾਰ ਆ ਉਹ ਠੀਕ ਰੱਖੇ ਤਾਂ ਕਿ ਸਾਰੇ ਜਿਹੜੇ ਇਹਨਾਂ ਨੂੰ ਠੀਕ ਕਰਕੇ ਸਾਰਾ ਸਿਸਟਮ ਜਿਹੜਾ ਠੀਕ ਰਹੇ। ਅਸੀਂ ਸਾਰੇ ਬੇਨਤੀ ਕਰਦੇ ਹਾਂ ਕਿ ਸਾਰਾ ਜਿਹੜਾ ਇਹ ਸਿਸਟਮ ਠੀਕ ਰਹੇ। ਸਤਿ ਸ਼੍ਰੀ ਅਕਾਲ। ਸਾਡੀ ਸੰਸਥਾ ਦੇ ਸੀਨੀਅਰ ਵਾਈਸ ਪ੍ਰਧਾਨ ਹਰਿੰਦਰ ਸਿੰਘ ਜੀ ਗਲੋਰੀ ਆਪਣੇ ਖਿਆਲਾਂ ਤੁਹਾਡੇ ਸਾਹਮਣੇ ਰੱਖੂਗੇ। ਹਰਿੰਦਰ ਸਿੰਘ ਜੀ। ਮੇਰੇ ਪਿਆਰੇ ਦੋਸਤੋ, ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਸਭਾ ਵੱਲੋਂ ਇੱਕ ਬਹੁਤ ਗਰਮ ਮੁੱਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਹ ਮੁੱਦਾ ਇੰਨਾ ਜ਼ਿਆਦਾ ਅਸੀਂ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਇਹ ਪ੍ਰਸ਼ਾਸਨ ਦੀਆਂ ਨਿਗਾਹ ਦੇ ਵਿੱਚ ਪੂਰੀ ਤਰ੍ਹਾਂ ਆ ਸਕੇ ਅਤੇ ਉਹ ਇਸ ਨੂੰ ਕਾਰਵਾਈ ਕਰਕੇ ਜਿਹੜੀਆਂ ਕਿ ਮਿਲਾਵਟੀ ਚੀਜ਼ਾਂ ਹਨ ਉਹਨਾਂ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਲਈ ਲੋਕਾਂ ਨੂੰ ਇਜਾਜ਼ਤ ਨਾ ਦਿੱਤੀ ਜਾਵੇ। ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਦਿਵਾਲੀ ਔਰ ਦੁਸਹਿਰੇ ਦੇ ਵਿੱਚ ਯੂਪੀ ਔਰ ਰਾਜਸਥਾਨ ਤੋਂ ਇੰਨਾ ਬਨਾਵਟੀ ਖੋਇਆ ਆਉਂਦਾ ਹੈ, ਇੰਨਾ ਬਨਾਵਟੀ ਦੁੱਧ ਟੈਂਕਰਾਂ ਦੇ ਟੈਂਕਰ ਆਉਂਦੇ ਹਨ, ਉਹ ਸਿੱਧਾ ਹੀ ਬੱਚਿਆਂ ਦੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੈ। ਅਸੀਂ ਪ੍ਰਸ਼ਾਸਨ ਨੂੰ ਅਤੇ ਮਾਨਯੋਗ ਆਪਣੇ ਮੰਤਰੀ ਜੀ ਨੂੰ ਬ੍ਰਹਮ ਮਹਿੰਦਰਾ ਜੀ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਇਹ 'ਤੇ ਐਕਸ਼ਨ ਲੈਣ ਔਰ ਲੋਕਾਂ ਦੀ ਸਿਹਤ ਨਾਲ ਜੋ ਖਿਲਵਾੜ ਹੋ ਰਿਹਾ ਹੈ ਉਸ ਦੇ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕਰਨ। ਧੰਨਵਾਦ। ਲੋਇੰਸ ਇੰਟਰਨੈਸ਼ਨਲ ਡਿਸਟ੍ਰਿਕਟ 3-2 ਦੀ ਪ੍ਰਮੁੱਖ ਕਲੱਬ ਲੋਇੰਸ ਕਲੱਬ ਫੁਆੜਾ ਵਿਸ਼ਵਾਸ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ 20 ਵਿਦਿਆਰਥੀਆਂ ਨੂੰ ਅਡੋਪਟ ਕੀਤਾ ਗਿਆ ਅਤੇ ਉਹਨਾਂ ਨੂੰ 21,000 ਰੁਪਏ ਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਗਈ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ, ਰਣਜੀਤ ਕੁਮਾਰ ਗੋਗਨਾ, ਦੇਸਰਾਜ, ਦੀਪਕ ਸਹਿਗਲ ਅਤੇ ਹੋਰ ਬਹੁਤ ਸਾਰੇ ਮੈਂਬਰ ਸ਼ਾਮਲ ਸਨ। ਇਸ ਦੇ ਨਾਲ ਹੀ ਅੱਜ ਦੇ ਸਮਾਚਾਰ ਬੁਲੇਟਿਨ ਸਮਾਪਤ ਹੁੰਦੇ ਹਨ। ਕੱਲ੍ਹ ਫਿਰ ਨਵੀਆਂ ਅਤੇ ਤਾਜ਼ਾ ਖਬਰਾਂ ਨਾਲ ਮੁਲਾਕਾਤ ਹੋਏਗੀ। ਨਮਸਕਾਰ।